ਸਤਿ ਸ਼੍ਰੀ ਅਕਾਲ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅਨਾਥ ਫਾਊਂਡੇਸ਼ਨ ਦੇ ਬਾਰੇ। ਉਹ ਫਾਊਂਡੇਸ਼ਨ ਜੋ ਕਿ ਸੁਲਤਾਨ ਭੁੱਲੋ ਦੇ ਕਿਲੇ ਵਿੱਚ ਚੱਲਦਾ ਸੀ ਅਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਉਸ ਫਾਊਂਡੇਸ਼ਨ ਨੂੰ ਬਾਹਰ ਸੁੱਟ ਦਿੱਤਾ ਗਿਆ। ਆਖਿਰਕਾਰ ਅਜਿਹਾ ਕੀ ਹੋਇਆ ਕਿ ਇਸ ਫਾਊਂਡੇਸ਼ਨ ਉੱਤੇ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਹੈ, ਇਸ ਦੇ ਬਾਰੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਭਾਈ ਬਲਦੀਪ ਸਿੰਘ ਜੀ, ਜੋ ਕਿ ਚੇਅਰਮੈਨ ਨੇ ਅਨਾਥ ਫਾਊਂਡੇਸ਼ਨ ਦੇ। ਉਸ ਦੇ ਨਾਲ ਹੀ ਸਾਡੇ ਨਾਲ ਮੌਜੂਦ ਨੇ ਜਸਬੀਰ ਸਿੰਘ ਵੀਰ, ਜੋ ਕਿ ਸਾਬਕਾ ਸਕੱਤਰ ਪੰਜਾਬ ਸਰਕਾਰ ਵਿੱਚ ਰਹਿ ਚੁੱਕੇ ਨੇ, ਅਤੇ ਅਸੀਂ ਉਹਨਾਂ ਦੇ ਨਾਲ ਇਸ ਵਿਸ਼ੇ ਉੱਤੇ ਚਰਚਾ ਕਰਾਂਗੇ ਕਿ ਪੰਜਾਬ ਸਰਕਾਰ ਦੀਆਂ ਵਧੀਕੀਆਂ ਜੋ ਕਿ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ, ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ, ਨਜਾਇਜ਼ ਤੌਰ 'ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ, ਇਹ ਭਾਈ ਬਲਦੀਪ ਸਿੰਘ ਜੀ ਨਾਲ ਇਸ ਵਿਸ਼ੇ 'ਤੇ ਅਸੀਂ ਚਰਚਾ ਕਰਾਂਗੇ। ਭਾਈ ਬਲਦੀਪ ਸਿੰਘ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਡੇ ਵੱਲ ਹੋਵੇਗਾ ਕਿ ਇਹ ਜੋ ਘਟਨਾਕ੍ਰਮ ਅਨਾਥ ਫਾਊਂਡੇਸ਼ਨ ਦੇ ਨਾਲ ਵਾਪਰਿਆ, ਤੁਸੀਂ ਉਸ ਬਾਰੇ ਵਿਸਤਾਰਤ ਜਾਣਕਾਰੀ ਦਿਓ ਕਿ ਇਹ ਕਿਸ ਦਿਨ ਵਾਪਰਿਆ ਅਤੇ ਕਿਉਂ ਹੋਇਆ। ਇਹ 4 ਤਾਰੀਖ ਅਗਸਤ ਦਾ ਮਹੀਨਾ ਇਸ ਸਾਲ ਦੀ ਬਾਤ ਹੈ ਕਿ ਜਦੋਂ ਇੱਕ ਬੜੀ ਸੋਚੀ ਸਮਝੀ ਸਾਜਿਸ਼ ਦੇ ਤਹਿਤ SHO ਸੁਲਤਾਨਪੁਰ ਲੋਧੀ, ਜਿਨ੍ਹਾਂ ਦਾ ਨਾਂ ਹਰਪ੍ਰੀਤ ਸਿੰਘ ਹੈ, ਔਰ ਉਹਨਾਂ ਨੇ ਆਪਣੇ ਪੁਲਿਸ ਥਾਣੇ ਦੇ ਕਈ ਮੁਲਾਜ਼ਮ ਔਰ ਇੱਕ ਹੋਰ ਪੁਲਿਸ ਚੌਂਕੀ ਹੈ ਸੁਲਤਾਨਪੁਰ ਲੋਧੀ ਲਾਗੇ, ਉੱਥੋਂ ਦੇ ਵੀ 4-5 ਪੁਲਿਸ ਕਰਮਚਾਰੀ ਬੁਲਾਏ ਹੋਏ ਸਨ। ਤੋ ਤਕਰੀਬਨ 13 ਜਾਂ 14 ਪੁਲਿਸ ਵਾਲਿਆਂ ਦੀ ਗਿਣਤੀ ਸਟੂਡੈਂਟਸ ਔਰ ਸਟਾਫ ਦੇ ਮੁਤਾਬਕ ਉੱਥੇ ਸੀ, ਸਾਰੇ ਜਣੇ ਵਰਦੀ ਵਿੱਚ ਸਨ। ਉਹਨਾਂ ਨੇ ਪਹਿਲਾਂ ਆ ਕੇ ਸਾਡੇ ਜਿਹੜੇ ਅਸਿਸਟੈਂਟ ਸੁਪਰਵਾਈਜ਼ਰ ਹਨਗੇ ਸਰਦਾਰ ਜਤਿੰਦਰ ਸਿੰਘ ਭਮਰਾ, ਜਿਹੜੇ ਕਿਲਾ ਸਰਾਏ ਫਲੈਟ ਨੰਬਰ 11 ਜਿਹੜਾ ਹੈਗਾ ਔਰ 5 ਉਹਦੇ ਵਿੱਚ ਉਹ ਰਹਿੰਦੇ ਰਹੇ ਨੇ। ਹੀ ਇਜ਼ ਅ ਕੇਅਰਟੇਕਰ, ਕੋਈ ਵੀ ਸਿਵਲ ਵਰਕਸ, ਇਨਫੈਕਟ ਅਨਾਥ ਫਾਊਂਡੇਸ਼ਨ ਦੇ ਜਿਹੜਾ ਕੰਜ਼ਰਵੇਟਰੀ ਚੱਲਦੀ ਹੈ ਉਹਦੇ ਵਿੱਚ, ਔਰ ਪੁਲਿਸ ਥਾਣੇ ਦੇ ਤੱਕ ਦੇ ਵੀ ਜਿਹੜੇ ਗਾਰਡਨਿੰਗ ਜਾਂ ਹੋਰਾਂ ਦੇ ਕੰਮ ਹੈ, ਹੀ ਇਜ਼ ਬੀਨ ਦੀ ਉਹ ਕੰਮ ਕਰਦੇ ਰਹੇ ਨੇ, ਸੇਵਾ ਕਰਦੇ ਰਹੇ ਨੇ। ਉਹ ਇੱਕ ਫਲੈਟ ਵਿੱਚ ਜਿਹੜੇ ਰਹਿੰਦੇ ਸਨ, ਜਿਹੜਾ ਕਿ ਪਹਿਲਾਂ ਕੰਡਮ ਹੋਇਆ ਸੀ, ਉਹਦੇ ਵਿੱਚ ਕੋਈ ਪੁਲਿਸ ਕਰਮਚਾਰੀ ਰਹਿੰਦਾ ਨਹੀਂ ਸੀ, ਉਹਦੇ 'ਚ ਕਬਾੜ ਪਿਆ ਹੋਇਆ ਸੀਗਾ। ਉਹਦੇ ਵਿੱਚ ਗਾਥਾ ਸੀ ਕਿ ਇੱਕ ਛੋਟੇ ਬੱਚੇ, ਜਿਹੜਾ ਨਵਾਂ ਜੰਮਿਆ ਬੱਚਾ ਸੀ, ਉਹਦੀ ਡੈਥ ਹੋ ਗਈ ਸੀ, ਉਸ ਤੋਂ ਬਾਅਦ ਕੋਈ ਪੁਲਿਸ ਕਰਮਚਾਰੀ ਉਸਨੂੰ ਹੌਂਟਡ ਹਾਊਸ ਮੰਨਦਾ ਸੀ, ਲਿਹਾਜ਼ਾ ਨੋਬਡੀ ਯੂਜ਼ਡ ਇਟ। ਉਹ ਵੀ ਅਸੀਂ ਠੀਕ ਕੀਤਾ ਸੀ, ਜਿਹਦੇ ਵਿੱਚ ਇੱਕ ਕਮਰਾ ਇਹ ਅਤੇ ਇਹਨਾਂ ਦੇ ਵਾਈਫ ਅਤੇ ਬੱਚਾ, ਜਿਹੜੇ ਬੱਚੇ ਨੇ ਉਹ, ਅਤੇ ਇੱਕ ਕਮਰਾ ਜਿਹੜੇ ਸਾਡੇ ਵਿਜ਼ਿਟਿੰਗ ਫੈਕਲਟੀ, ਜਿਹੜੀ ਦੁਨੀਆ ਦੇ ਕਈ ਕੋਨਿਆਂ ਤੋਂ ਸਿਖਿਆਰਥੀ ਵੀ ਔਰ ਅਧਿਆਪਕ ਵੀ ਜਾਂ ਜਿਹੜੇ ਆਰਟਿਸਟ ਹਨਗੇ ਉਹ ਆਉਂਦੇ ਸਨ, ਉਹਦੇ ਵਿੱਚ AC ਲੱਗਾ ਹੋਇਆ, ਉਹਦੇ ਵਿੱਚ ਰਹਿੰਦੇ ਸਨ। 4 ਜਾਂ 5 ਪੁਲਿਸ ਕਰਮਚਾਰੀਆਂ ਨੇ ਆ ਕੇ ਇਹਨੂੰ ਘੇਰਿਆ, ਉਹਨੂੰ ਕਹਿੰਦੇ ਆਪਣਾ ਇਹ ਤਾਲਾ ਖੋਲ ਜੀ, ਅਤੇ ਉਹ ਕਹਿੰਦਾ ਕਿ ਕਿਉਂ ਤੁਸੀਂ ਸਾਡੇ ਚੇਅਰਮੈਨ ਸਾਹਿਬ ਤੋਂ ਪੁੱਛੋ, ਮੈਂ ਤਾਂ ਮੁਲਾਜ਼ਮ ਹੈਗਾ, ਤੁਸੀਂ ਜੇ ਕੁਛ ਕਰਨਾ। ਅਤੇ ਉਹ ਕਹਿੰਦੇ ਨਹੀਂ ਤੂੰ ਖੋਲ, ਅਸੀਂ ਦੇਖਣਾ ਹੈ ਕਿ ਇਹਦੇ 'ਚ ਹੁਣੇ ਦੀਨਾਨਗਰ 'ਚ ਜਿਹੜਾ ਬਲਾਸਟ ਹੋਇਆ, ਅਸੀਂ ਦੇਖਣਾ ਤੁਹਾਡੇ ਅੰਦਰ ਕੀ ਪਿਆ ਹੋਇਆ। ਮਤਲਬ ਕਿ ਤੁਸੀਂ ਉੱਥੇ ਮੌਜੂਦ ਨਹੀਂ ਸੀ? ਮੈਂ ਮੌਜੂਦ ਨਹੀਂ ਸੀ। ਔਰ ਜਦੋਂ ਵੀ ਇਹ ਕੁਛ ਵੀ ਕਰਦੇ ਨੇ, ਭਾਵੇਂ ਕੋਈ ਦੀਵਾਰ ਤੋੜੀਏ ਕੁਛ ਕੀਤਾ, ਜਦੋਂ ਮੈਂ ਨਹੀਂ ਹੁੰਦਾ ਉਦੋਂ ਕਰਦੇ ਰਹੇ ਨੇ। ਓਕੇ, ਸੋ ਇਹ ਕਾਇਰਤਾ ਦੀ ਨਿਸ਼ਾਨੀ, ਨਾ ਕਿ ਕੋਈ ਬਹਾਦਰੀ ਦੀ ਇਹਨਾਂ ਨੇ ਕੋਈ ਗੱਲ ਕੋਈ ਸੁਗਾਤ ਦੱਸੀ ਹੈ। ਔਰ ਉਹਨੇ ਬੜੀ ਅੱਛੀ, ਯਾਨੀ ਕਿ ਸੂਝ ਦਿਖਾਈ, ਜਿਹਨੂੰ ਅਸੀਂ ਫੌਜਾਂ ਨਾਲ ਰਿਲੇਟਡ ਅਸੀਂ ਪ੍ਰੈਜੈਂਸ ਆਫ ਮਾਈਂਡ ਇਨ ਡੇਂਜਰ ਕਹਿੰਦੇ ਹਾਂ, ਇਨ ਫਰੰਟ ਆਫ ਐਨ ਐਡਵਰਸਰੀ ਜਿਹਨੂੰ ਕਹਿੰਦੇ ਹਾਂ, ਉਹ ਕਹਿੰਦਾ ਜੀ ਬੱਚਿਆਂ ਨੂੰ ਬੁਲਾਓ, ਇੱਦਾਂ ਇਕੱਲੇ ਨਹੀਂ। SHO ਨੇ ਕਿਹਾ? ਨਹੀਂ, ਸਾਡੇ ਜਤਿੰਦਰ ਸਿੰਘ ਭਮਰਾ ਅਸਿਸਟੈਂਟ ਸੁਪਰਵਾਈਜ਼ਰ ਜਿਹੜੇ ਨੇ, ਤੇ ਉਹ ਜਾ ਕੇ 4-5 ਬੱਚੇ, 4 ਬੱਚਿਆਂ ਨੂੰ ਲੈ ਕੇ ਆ ਗਏ ਜੀ, ਤੇ ਉਹ ਕਹਿੰਦੇ ਤੁਸੀਂ ਖੋਲੋ। ਕਹਿੰਦੇ ਮੈਂ ਨਹੀਂ ਖੋਲਦਾ, ਤੁਸੀਂ ਜੇ ਖੋਲਾਂ ਆ ਲੈ ਲਓ ਚਾਬੀ, ਮੈਂ ਨਹੀਂ ਖੋਲਾਂਗਾ। ਮੈਂ ਕਿਉਂ ਖੋਲਾਂਗਾ? ਕਹਿੰਦੇ ਨਹੀਂ ਤੂੰ ਖੋਲ, ਨਹੀਂ ਤਾਂ ਬੱਚਿਆਂ ਨੂੰ ਅਸੀਂ ਅੰਦਰ ਪਾ ਦੇਣਾ ਜੇਲ੍ਹ 'ਚ ਜੀ। ਉਹ ਹੈਰਾਨ ਹੋ ਗਿਆ,
ਤੇ ਉਹਨੇ ਕਿਹਾ ਕਿ ਤੁਸੀਂ ਕਿੱਦਾਂ ਪਾ ਦਿਓਗੇ, ਉਹਨਾਂ ਨੇ ਕਿਹਾ ਕਿ ਤਿੰਨ ਚਾਰ ਜਿਹੜੇ ਤਿੰਨ ਕੁ ਜਣੇ ਸੀ ਪੁਲਿਸ ਵਾਲੇ ਉਹ ਕਹਿੰਦੇ ਲੈ ਚਲੋ ਇਹਨਾਂ ਨੂੰ। ਸੋ 12-15 ਕਦਮ ਜਦ ਸੱਚੀ ਮੁੱਚੀ ਪੁਲਿਸ ਥਾਣੇ ਵੱਲ ਤੁਰ ਗਏ ਤੇ ਉਹਨੇ ਕਿਹਾ ਰੁਕ ਜਾਓ ਬੱਚਿਆਂ ਨੂੰ, ਮਾਸੂਮ ਬੱਚੇ ਨੇ ਦੇ ਰਹਿੰਦੇ ਟੀਨਸ, 14-16 ਸਾਲ ਦੇ ਬੱਚਿਆਂ ਨੂੰ ਸਲਾਗਾਂ 'ਚ ਪਾ ਰਹੇ ਹੋ, ਜਿਹੜੇ ਵਿਦਵਤਾ ਦੇ ਸੁਪਨੇ ਲੈ ਰਹੀ ਹੈ, ਵਿਦਵਾਨ ਬਣ ਰਹੇ ਨੇ, ਪੰਜਾਬ ਦੇ ਜ਼ਿੰਮੇਵਾਰ ਹਾਫਿਜ਼ ਔਰ ਉਹਦੇ ਕੇਅਰਟੇਕਰਸ ਬਣ ਰਹੇ ਨੇ, ਕਸਟੋਡੀਅਨਸ ਬਣਨ ਜਾ ਰਹੇ ਨੇ, ਉਹਨਾਂ ਨੂੰ ਤੁਸੀਂ ਧਮਕੀ ਦੇ ਰਹੇ ਹੋ ਇਸ ਤਰ੍ਹਾਂ ਦੀ, ਤੇ ਉਹਨੇ ਰੋਕ ਲਿਆ ਤੇ ਉਹਨਾਂ ਨੇ ਫਿਰ ਦਰਵਾਜ਼ਾ ਖੋਲਿਆ। ਪਹਿਲਾਂ ਸਾਰਾ ਉਹਨਾਂ ਨੇ ਦੇਖਿਆ, ਕਹਿੰਦੇ ਇੱਥੇ ਅਸਲਾ ਤਾਂ ਨਹੀਂ ਪਿਆ, ਸਾਨੂੰ ਦਿਖਾਓ, ਤੇ ਅਸਲਾ ਕਾਹਦਾ ਹੋਣਾ ਸੀ ਉੱਥੇ, ਫਿਰ ਚੱਕ ਕੇ ਸਮਾਨ ਸੁੱਟ ਦਿੱਤਾ ਜੀ। ਔਰ ਫਿਰ ਉਸ ਤੋਂ ਜਿੱਥੇ ਕਲਾਸਿਸ ਲਈਆਂ ਜਾ ਰਹੀਆਂ ਸਨ, ਜਿੱਥੇ ਸਾਈਟ ਆਫਿਸ ਦਾ ਹੈਗਾ ਸਾਡਾ ਔਰ ਕਲਾਸਰੂਮ ਹੈ, ਉੱਥੇ ਜਾ ਕੇ ਡਾਕਟਰ ਵਰਿੰਦਰ ਕੁਮਾਰ PhD ਜਿਹੜੇ ਸਾਡੇ ਵਿਭਾਗ ਮੁਖੀ ਹਨਗੇ, ਉਸਤਾਦ ਭਾਈ ਬਤਨ ਸਿੰਘ ਫੈਕਲਟੀ ਆਫ ਮਿਊਜ਼ੀਕਲ ਸਟ੍ਰਿੰਗਸ ਦੇ, ਉਸ ਵੇਲੇ ਸਿਤਾਰ, ਰਬਾਬ ਔਰ ਦਿਲਰਬਾਬ ਦੀ ਤਾਲੀਮ ਦੇ ਰਹੇ ਸਨ। ਉਸ ਕਮਰੇ ਦੇ ਵਿੱਚ ਵੜ ਕੇ ਉਹਨਾਂ ਨੂੰ ਕਿਹਾ ਗਿਆ ਚਲੋ ਜੀ ਬਾਹਰ ਨਿਕਲੋ, ਹੁਕਮ ਕੀਤਾ ਗਿਆ, ਮਤਲਬ ਪੁਲਿਸ ਵਾਲੇ ਆਪਣੇ ਜੋੜੇ ਲੈ ਕੇ ਅੰਦਰ ਵੜੇ ਨੇ, ਜਿੱਥੇ ਕਿ ਸ਼ਾਸਤਰ ਵੀ ਕਈ ਪਏ ਹੋਏ ਨੇ, ਮੈਨੂਸਕ੍ਰਿਪਟਸ ਪਏ ਹੋਏ ਨੇ, ਪੁਰਾਣੇ ਸਿੱਖ ਇਤਿਹਾਸ ਨਾਲ ਜੁੜੇ ਹੋਏ, ਪੰਜਾਬ ਦੇ ਇਤਿਹਾਸ ਨਾਲ ਜੁੜੇ ਤਮਾਮ ਹਿਸਟੋਰੀਕਲ ਰੈਲਿਕਸ ਉੱਥੇ ਪਏ ਨੇ, ਵੱਡੇ ਵਿਦਵਾਨਾਂ ਦੇ ਘਰਾਂ ਦੇ ਚਰਖੇ ਪਏ ਹੋਏ ਨੇ, ਮਤਲਬ ਕੋਈ ਵੀ ਸੁਗਾਤ ਪੁਰਾਣੇ ਬਜ਼ੁਰਗਾਂ ਦੀ ਮਿਲਦੀ ਰਹੀ। ਅਸੀਂ ਉੱਥੇ ਗੈਲਰੀ ਇਮੈਜਿਨ, ਉਹ ਬੱਚੇ ਕਿਸ ਅਮੀਰੀ ਦੇ ਵਿੱਚ ਵੱਡੇ ਹੋ ਰਹੇ ਨੇ, ਉਹਨਾਂ ਚੀਜ਼ਾਂ ਨੂੰ ਛੋਹ ਪਾ ਰਹੇ ਨੇ ਫਿਰ, ਜਿਹੜੀ ਪੰਜਾਬ ਨੇ ਭੁਲਾ ਚੁੱਕੇ ਸੀ। ਉਸ ਤੋਂ ਬਾਅਦ ਸਾਡੇ ਜਿਹੜੇ ਸਹਾਇਕ ਆਚਾਰਿਆ ਨੇ ਪਖਾਵਜ ਦੇ, ਆਸ਼ੀਸ਼ ਉਪਾਧਿਆਏ, ਅਸ਼ੂਤੋਸ਼ ਉਪਾਧਿਆਏ, ਜਿਹੜੇ ਦੇਸ਼ ਦੇ ਵੱਡੇ ਵਿਦਵਾਨ ਪਖਾਵਜ, ਪਖਾਵਜੀ ਗਯਾ ਪਰੰਪਰਾ ਪਟਨਾ ਦੇ ਮੁਖੀ ਸਨ, ਮਰਹੂਮ ਪੰਡਿਤ ਪੰਨਾ ਲਾਲ ਉਪਾਧਿਆਏ ਦੇ ਬੇਟਾ, ਉਹ ਪਟਨਾ ਤੋਂ 5-6 ਮਹੀਨੇ ਪਹਿਲਾਂ ਸੁਲਤਾਨਪੁਰ ਲੋਧੀ ਸ਼ਿਫਟ ਕਰ ਗਏ ਨੇ ਆਪਣੇ ਪਰਿਵਾਰ ਔਰ 3 ਬੱਚਿਆਂ ਸਮੇਤ, ਉੱਥੇ ਤਾਲੀਮ ਦੇ ਰਹੇ ਨੇ। ਔਰ ਅੱਜ ਤੋਂ 300 ਸਾਲ ਪਹਿਲਾਂ ਇਹਨਾਂ ਦਾ ਪਰਿਵਾਰ ਪੰਜਾਬ ਤੋਂ ਇਮੀਗ੍ਰੇਟ ਕਰਕੇ ਗਯਾ ਦੇ ਰਾਜਾ ਦੇ ਕੋਲ ਗਿਆ ਸੀ। ਇਮੈਜਿਨ ਕਿ ਕਿੰਨਾ ਵੱਡਾ ਕੰਜ਼ਰਵੇਸ਼ਨ ਦਾ, ਪੰਜਾਬ ਦੀਆਂ ਸੁਗਾਤਾਂ ਜਿਹੜੀਆਂ ਪੂਰੇ ਸਾਊਥ ਏਸ਼ੀਆ 'ਚ ਖਿੰਡਰੀਆਂ ਪਈਆਂ ਨੇ, ਉਹਨਾਂ ਨੂੰ ਵਾਪਸ ਅਸੀਂ ਲੈ ਕੇ ਆ ਰਹੇ ਹਾਂ। ਉਹ ਵੀ ਤਾਲੀਮ ਦੇ ਰਹੇ ਸਨ ਆਪਣੇ ਪਖਾਵਜ ਤੇ ਜੋੜੀ ਦੇ ਰਿਲੇਟਡ, ਉਹਨਾਂ ਸਾਰਿਆਂ ਨੂੰ ਤਹਿਸ ਨਹਿਸ ਕਰਕੇ ਭਜਾ ਕੇ, ਡਰਾ ਕੇ, ਧਮਕਾ ਕੇ, ਡਰਾਉਣਾ ਕਾਹਦਾ ਕਿ ਅਸੀਂ ਅਰੈਸਟ ਕਰ ਲਾਂਗੇ ਜੇ ਤੁਸੀਂ ਮੰਨੇ ਨਾ। ਸੋ ਇਸ ਤਰ੍ਹਾਂ ਕਰਕੇ 4 ਤਾਰੀਖ ਨੂੰ ਐਕਸ਼ਨ ਲਿਆ ਗਿਆ। ਔਰ ਸਭ ਤੋਂ ਵੱਡੀ ਗੱਲ ਕਿ ਸਾਡੇ ਜਤਿੰਦਰ ਸਿੰਘ ਪਮਰਾ ਤੋਂ ਫੋਨ ਖੋਲਿਆ ਗਿਆ ਸਭ ਤੋਂ ਪਹਿਲਾਂ, ਕਿ ਉਹ ਕਿਤੇ ਮੈਨੂੰ ਫੋਨ ਨਾ ਕਰ ਦੇਣ। ਅੱਗੇ ਵੀ ਕਦੇ ਇੱਦਾਂ ਜਾਤੀਆਂ ਕਰਦੇ ਰਹੇ ਨੇ, ਜਿਵੇਂ ਉਸ ਤੋਂ 3 ਤਰੀਕ ਸ਼ਾਮ ਨੂੰ ਜਿਹੜਾ ਸਾਡੇ ਗੁਰੂ ਅੰਗਦ ਦੇਵ ਮਹਾਰਾਜ ਦੇ ਨਾਂ 'ਤੇ ਫੈਕਲਟੀ ਆਫ ਸਪੋਰਟਸ ਐਂਡ ਹੈਲਥ ਕੇਅਰ ਹੈ, ਉਹਦਾ ਅਸੀਂ ਅਖਾੜਾ ਬਣਾਇਆ ਪਿਛਲੇ 5 ਮਹੀਨਿਆਂ ਤੋਂ। ਅਸੀਂ ਉੱਥੇ ਕੁਸ਼ਤੀ, ਹਰ ਪੁੰਨਿਆ ਬੈਠਕ ਦੇ ਵੇਲੇ ਅਸੀਂ ਕੁਸ਼ਤੀ ਡੈਮੋਸਟ੍ਰੇਸ਼ਨ ਕਰਾਉਂਦੇ ਹੁੰਦੇ ਹਾਂ, ਤਾਂ ਕਿ ਬੱਚਿਆਂ ਨੂੰ ਪ੍ਰੇਰਣਾ ਮਿਲੇ ਕਿ ਸਿਹਤ ਔਰ ਖੁਰਾਕ, ਆਹਾਰ ਔਰ ਸਿਹਤ ਜਾਤਾਂ ਹੀ ਨਹੀਂ ਤਾਂ ਵਿੱਦਿਆ ਕਾਹਦੀ ਹੈ। ਸੋ ਜਿਹੜਾ ਉੱਥੇ ਡਰੱਗ ਇਨਫੈਕਟਿਡ ਜਿਹੜਾ ਸਾਰਾ ਇਲਾਕਾ, ਸਭ ਤੋਂ ਸਸਤਾ ਡਰੱਗ ਮਿਲਦਾ ਸੁਲਤਾਨਪੁਰ ਲੋਧੀ 'ਚ, ਮੈਂ ਉੱਥੇ ਥੋੜ੍ਹਾ ਜਿਹਾ ਮੇਰਾ ਦਖਲ ਵੀ ਰਿਹਾ ਹੈ ਉਸ ਉਹਨਾਂ ਵਿਧੀਆਂ ਦੇ ਵਿੱਚ। ਔਰ ਅਫਸੋਸ ਹੈ ਕਿ ਉਸ ਇਲਾਕੇ ਦੇ ਵਿੱਚੋਂ ਜਿਹੜੇ ਬੱਚਿਆਂ ਨੂੰ ਪ੍ਰੇਰਣਾ ਸਰੋਤ ਕਰ ਰਹੇ ਨੇ, ਇਹਨਾਂ ਨੇ ਵੈਂਡਲਾਈਜ਼ ਕੀਤਾ ਅਖਾੜਾ ਜਿਹੜਾ, ਤੇ ਉਦੋਂ ਉਹਨੇ ਫੋਨ ਕਰ ਦਿੱਤਾ ਮੈਨੂੰ, ਤੇ ਮੈਂ SHO ਨੂੰ SMS ਪਾਇਆ ਕਿ ਇਹ ਕੀ ਹੋ ਰਿਹਾ, ਕੁਝ ਗੁੰਡਾ ਤਬਕਾ ਜਿਹੜਾ ਹੈ ਉਹਦੇ, ਭਾਵੇਂ ਉਹ ਪੁਲਿਸ ਕਰਮਚਾਰੀ ਸੀ ਪਰ ਮੈਂ ਜਾਣ ਕੇ ਉਹਨੂੰ ਇੱਕ ਥਾਂ ਐਲਬਾਈ ਦੇਣ ਲਈ ਕਿਹਾ ਕਿ ਕੁਝ ਗੁੰਡਾ ਤਬਕਾ ਉਹ ਅਖਾੜਾ ਤਹਿਸ ਨਹਿਸ ਕਰ ਰਹੇ ਨੇ। ਮੈਨੂੰ ਉਸੇ ਵੇਲੇ ਦੱਸਿਆ ਗਿਆ ਕਿ ਉਹ ਰੋਕ ਦਿੱਤਾ ਗਿਆ। ਅਗਲੇ ਦਿਨ ਸਵੇਰੇ ਇਹਨਾਂ ਨੇ ਮਿਥੀ ਹੋਈ ਕਾਰਵਾਈ, ਜਿਹੜੀ ਗੈਰ ਕਾਨੂੰਨੀ ਸੀ, ਅਨਲੋਫੁਲ ਸੀ, ਲਾਈਫ ਐਂਡ ਲਿਬਰਟੀ ਦੇ ਖਿਲਾਫ ਸੀ, ਹਿਊਮਨ ਰਾਈਟਸ ਦੇ ਖਿਲਾਫ ਸੀਗੀ, ਇਹਨਾਂ ਨੇ ਕਾਰਵਾਈ ਕੀਤੀ ਬਗੈਰ ਕਿਸੇ ਕਾਨੂੰਨੀ ਔਰ ਪੁਲਿਸ ਆਰਡਰ ਦੇ, ਬਿਨਾਂ ਕਿਸੇ ਆਰਡਰ ਦੇ ਫਾਊਂਡੇਸ਼ਨ ਉੱਥੋਂ ਹਟਾ ਦਿੱਤਾ ਗਿਆ।
ਸਮਾਨ ਸਾਰਾ ਬਾਹਰ ਸੁੱਟ ਕੇ ਅਨਾਥ ਕਨਸਰਵੇਟਰੀ ਜਿਹੜੀ ਅਨਾਥ ਖੰਡ ਜਿਹੜੀ ਸਾਡੀ ਸੰਸਥਾ ਚੱਲਦੀ ਹੈ ਸਾਡੇ ਇਤਿਹਾਸਕ ਸਾਜ਼ ਬਾਹਰ ਸੁੱਟ ਦਿੱਤੇ ਓਕੇ ਜਸਵੀਰ ਸਿੰਘ ਜੀ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਬਿਨਾਂ ਕਾਨੂੰਨੀ ਨੋਟਿਸ ਦੇ ਜੇ ਨਜਾਇਜ਼ ਕਹਿ ਵੀ ਰਹੇ ਨੇ ਪੁਲਿਸ ਵਾਲੇ ਬਿਨਾਂ ਕਾਨੂੰਨੀ ਨੋਟਿਸ ਦੇ ਇਸ ਤੇ ਕਾਰਵਾਈ ਕਰਨਾ ਕਿਸ ਤਰ੍ਹਾਂ ਜਾਇਜ਼ ਹੈ ਮੇਰੀ ਕਾਫੀ ਲੰਬੀ ਪ੍ਰਸ਼ਾਸਕੀ ਸੇਵਾ ਰਹੀ ਹੈਗੀ ਹੈ ਜੀ 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 ਔਰ ਮੇਰੇ ਇਸ ਪੀਰੀਅਡ ਦੇ ਵਿੱਚ ਡਿਪਟੀ ਕਮਿਸ਼ਨਰ ਜਾਂ ਡਿਵੀਜ਼ਨਲ ਕਮਿਸ਼ਨਰ ਸਾਰਾ ਪੰਜਾਬ ਮੈਂ ਦੇਖਿਆ ਹੈਗਾ ਔਰ ਜਿਸ ਤਰੀਕੇ ਦੇ ਨਾਲ ਭਾਈ ਬਲਦੀਪ ਸਿੰਘ ਜੀ ਸੇਵਾ ਕਰ ਰਹੇ ਹੈਗੇ ਆ 5 ਸਾਲ ਸਾਡਾ ਇੱਕ ਡਿਪਾਰਟਮੈਂਟ ਹੈਗਾ ਇਹਦੇ ਜਿਹੜੇ 'ਚ ਆਪਾਂ ਜਿਹੜੇ ਸਾਡੇ ਮੋਨੂਮੈਂਟਸ ਹੈਗੇ ਆ ਉਹਨਾਂ ਦੀ ਕੰਜ਼ਰਵੇਸ਼ਨ ਵਾਸਤੇ ਅਤੇ ਸਰਕਾਰ ਜਿਹੜੀ ਹੈਗੀ ਹੈ ਅਸੀਂ ਜੋ ਸਾਡਾ ਬਜਟ ਹੁੰਦਾ ਸੀਗਾ ਉਹ ਗਾਣੇ ਵਜਾਣੇ ਅਤੇ ਡਰਾਮਿਆਂ ਵਾਸਤੇ ਤਾਂ ਜਿਹੜੀ ਟੋਟਲ ਬਜਟ ਹੁੰਦਾ ਸੀਗਾ ਉਹਦੇ 'ਚ 5% ਵੀ ਜਿਹੜਾ ਸੀਗਾ ਉਹ ਇਸ ਪਾਸੇ ਧਿਆਨ ਨਹੀਂ ਹੈਗਾ ਸੀਗਾ ਇੱਕ ਬੜਾ ਅੱਛਾ ਕੰਮ ਕਰ ਰਹੇ ਸੀਗੇ ਔਰ ਮੈਂ ਇਸ ਗੱਲ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਕਿ ਇਹਨਾਂ ਦੇ ਜਿਹੜੇ ਇਹਨਾਂ ਦਾ ਜਿਹੜਾ ਉੱਥੇ ਕਬਜ਼ਾ ਸੀਗਾ ਇਹ ਆਥੋਰਾਈਜ਼ ਸੀਗੇ ਜਾਂ ਨਹੀਂ ਸੀਗੇ ਉਹ ਤਾਂ ਇਹਨਾਂ ਦੇ ਡਾਕੂਮੈਂਟਸ ਹੈਗੇ ਆ ਉਹ ਬੋਲ ਰਹੇ ਹੈਗੇ ਆ ਉਹਦੇ ਬਾਰੇ ਮੈਂ ਕੋਈ ਨਹੀਂ ਕਹਿਣਾ ਚਾਹੁੰਦਾ ਲੇਕਿਨ ਇੱਕ ਐਡਮਿਨਿਸਟ੍ਰੇਟਿਵ ਬੈਕਗਰਾਉਂਡ ਦੇ ਨਾਤੇ ਜੋ ਮੈਂ ਕਹਿਣਾ ਚਾਹਾਂਗਾ ਉਹ ਇਹ ਹੈਗਾ ਕਿ ਇਹ ਬਹੁਤ ਹੀ ਜ਼ਿਆਦਤੀ ਵਾਲਾ ਜਿਹੜਾ ਪੁਲਿਸ ਐਕਸ਼ਨ ਹੈ ਇਹ ਅਗਰ ਉਹਨਾਂ ਨੂੰ ਕੁਛ ਸੀਗਾ ਕਿ ਅਨਔਥੋਰਾਈਜ਼ ਬੈਠੇ ਹੈਗੇ ਆ ਸਾਡਾ ਪੰਜਾਬ ਦਾ ਐਕਟ ਹੈਗਾ ਪੰਜਾਬ ਪਬਲਿਕ ਸਰਵਿਸਿਜ਼ ਐਵਿਕਸ਼ਨ ਆਫ ਅਨਔਥੋਰਾਈਜ਼ਡ ਆਕੂਪੈਂਟਸ 1971 ਦਾ ਉਹਦੇ ਥੱਲੇ ਪ੍ਰੋਸੀਜਰ ਹੈਗਾ ਤੁਸੀਂ ਪ੍ਰੋਸੀਜਰ ਫੋਲੋ ਕਰੋ ਲੇਕਿਨ ਪੁਲਿਸ ਦਾ ਔਰ ਅੱਜ ਕੱਲ੍ਹ ਜੋ ਮੀਡੀਆ ਦੇ ਵਿੱਚ ਆ ਰਿਹਾ ਹੈਗਾ ਉਹ ਇਸ ਤਰੀਕੇ ਦੇ ਨਾਲ ਜੋ ਸਿਵਲ ਸਰਵੈਂਟਸ ਹੈਗੀ ਸਿਵਲ ਸਰਵਿਸ ਹੈਗੀ ਹੈ ਉਹ ਉਹਨਾਂ ਨੂੰ ਪੁਲਿਸ ਜਿਹੜੀ ਹੈਗੀ ਹੈ ਉਹਨਾਂ ਨੂੰ ਫਿਰ ਜੋ ਅੱਤਵਾਦ ਵੇਲੇ ਜਿੱਦਾਂ ਉਹਨਾਂ ਨੂੰ ਪਿੱਛੇ ਹਟਾਇਆ ਗਿਆ ਸੀਗਾ ਬਿਲਕੁਲ ਉਹੀ ਟ੍ਰੈਂਡ ਸ਼ੁਰੂ ਹੋ ਗਿਆ ਆ ਮੀਡੀਆ 'ਚ ਮੈਂ ਕੱਲ੍ਹ ਹੀ ਪੜ੍ਹ ਰਿਹਾ ਸੀਗਾ ਪੇਪਰ 'ਚ ਬਿਊਰੋਕ੍ਰੇਸੀ ਨਾਟ ਬੀਇੰਗ ਕੈਪਟ ਇਨ ਲੂਪ ਉਹਨਾਂ ਨੂੰ ਸਫੋਕੇਸ਼ਨ ਹੋਣੀ ਸ਼ੁਰੂ ਹੋ ਗਈ ਹੁਣ ਤੋਂ ਹੀ ਸੋ ਇਹ ਇੱਕ ਜੋ ਪ੍ਰੋਸੀਜਰ ਸਿਵਲ ਪ੍ਰੋਸੀਜਰ ਸੀਗਾ ਜੋ ਕਾਨੂੰਨ ਹੈਗਾ ਲਾਅ ਆਫ ਦੀ ਲੈਂਡ ਤੁਸੀਂ ਉਹਨੂੰ ਫੋਲੋ ਕਰਕੇ ਤੁਸੀਂ ਇਹਨਾਂ ਦੇ ਡਾਕੂਮੈਂਟਸ ਦੇਖਦੇ ਕੋਈ ਉਹਦੇ ਮੁਤਾਬਕ ਤੁਸੀਂ ਅਗਲੀ ਕਾਰਵਾਈ ਕਰਦੇ ਭਾਈ ਬਲਦੀਪ ਸਿੰਘ ਜੀ ਤੁਹਾਨੂੰ ਕੋਈ ਨੋਟਿਸ ਆਇਆ ਉਸ ਕਾਰਵਾਈ ਤੋਂ ਪਹਿਲਾਂ ਪੁਲਿਸ ਨੂੰ ਹਟਾਉਣ ਤੋਂ ਪਹਿਲਾਂ ਕੋਈ ਨੋਟਿਸ ਨਹੀਂ ਸੀਗਾ ਔਰ ਮੈਂ ਬੜਾ ਮੈਨੂੰ ਬੜੀ ਖੁਸ਼ੀ ਹੋਈ ਕਿ ਆਪ ਵੀਰ ਸਾਹਿਬ ਨੇ ਇੱਕ ਜ਼ਿਕਰ ਕੀਤਾ ਹੈ ਪਹਿਲੀ ਗੱਲ ਇਹ ਹੈ ਕਿ ਪੁਲਿਸ ਥਾਣਾ ਆਪਣੇ ਆਪ 'ਚ ਲੀਗਲੀ ਉਸ ਕਿਲੇ ਦੇ ਵਿੱਚ ਆਕੂਪੈਂਟ ਨਹੀਂ ਹੈਗਾ ਸੁਲਤਾਨਪੁਰ ਲੋਧੀ ਹਾਂਜੀ ਓਕੇ ਇਹਦਾ ਮਖਬੂਜਾ ਕਬਜ਼ਾ ਯਾਨੀ ਕਿ ਪੁਲਿਸ ਥਾਣੇ ਕੋਲ ਹੈਗਾ ਔਰ ਇਹ ਦਰਅਸਲ ਕਿਲ੍ਹਾ ਕਿਸੇ ਨੂੰ ਵੀ ਬਿਲੋਂਗ ਨਹੀਂ ਕਰਦਾ ਯਾਨੀ ਕਿ ਇਸ ਕਿਲ੍ਹੇ 'ਤੇ ਕਿਸੇ ਦੀ ਮਲਕੀਅਤ ਨਹੀਂ ਹੈ ਔਰ ਮੈਨੂੰ ਜਿੰਨਾ ਕੁ ਸਮਝ ਆਈ ਹੈ ਕਿ ਜਦੋਂ ਕੋਈ ਲਾਵਾਰਿਸ ਕੋਈ ਟੈਰੀਟਰੀ ਜਾਂ ਕੋਈ ਪ੍ਰੋਪਰਟੀ ਹੋਵੇ ਉਹ ਫਿਰ ਬਾਈ ਡਿਫਾਲਟ ਰੈਵਨਿਊ ਡਿਪਾਰਟਮੈਂਟ ਦੇ ਅਧੀਨ ਹੁੰਦੀ ਹੈ ਕਹਿਣਾ ਕਿ ਜੀ ਇਲੀਗਲੀ ਰਹਿ ਰਹੇ ਨੇ ਭਾਈ ਪੁਲਿਸ ਵਾਲੇ ਤੁਸੀਂ ਆਪ ਇਲੀਗਲੀ ਰਹਿ ਰਹੇ ਹੋ ਪਹਿਲੀ ਗੱਲ ਦੂਜੀ ਗੱਲ ਪਿਛਲੇ 4 ਸਾਲਾਂ ਦੇ ਵਿੱਚ 5 ਸਾਲਾਂ ਦੇ ਵਿੱਚ 2 ਵਾਰ ਪੁਲਿਸ ਥਾਣੇ ਨੂੰ ਸਰਕਾਰ ਵੱਲੋਂ ਇਵਿਕਸ਼ਨ ਨੋਟਿਸ ਆਇਆ ਅਨਾਥ ਫਾਊਂਡੇਸ਼ਨ ਨੂੰ ਨਹੀਂ ਆਇਆ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਥਾਣਾ ਖਾਲੀ ਕਰਕੇ ਜਾਓ 2011 ਵਾਲੇ ਦੀ ਤਾਂ ਕਾਪੀ ਵੀ ਮੇਰੇ ਕੋਲ ਪਈ ਹੋਈ ਹੈ ਜੀ ਭਾਈ ਬਲਦੀਪ ਸਿੰਘ ਜੀ ਆਪਣੀ ਚਰਚਾ ਦਾ ਵਿਸ਼ਾ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਦਰਸ਼ਕ ਇੱਥੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਗੱਲ ਕਰ ਰਹੇ ਹਾਂ ਅਨਾਥ ਫਾਊਂਡੇਸ਼ਨ ਦੀ ਜਿਸ 'ਤੇ
ਥੋੜ੍ਹੇ ਦਿਨ ਪਹਿਲਾਂ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਅਤੇ ਅਨਾਥ ਫਾਊਂਡੇਸ਼ਨ ਦੇ ਅੰਦਰ ਜੋ ਸੰਗੀਤਕ ਸਾਧ ਸਨ ਉਹਨਾਂ ਨੂੰ ਵੀ ਬਾਹਰ ਸੁੱਟ ਦਿੱਤਾ ਗਿਆ ਅਤੇ ਸਾਡੇ ਨਾਲ ਮੌਜੂਦ ਨੇ ਭਾਈ ਬਲਦੀਪ ਸਿੰਘ ਜੀ ਜੋ ਕਿ ਅਨਾਥ ਫਾਊਂਡੇਸ਼ਨ ਦੇ ਚੇਅਰਮੈਨ ਨੇ, ਜਸਵੀਰ ਸਿੰਘ ਵੀ ਜੋ ਕਿ ਪੰਜਾਬ ਸਰਕਾਰ ਦੇ ਵਿੱਚ ਸਾਬਕਾ ਸਕੱਤਰ ਵਜੋਂ ਸੇਵਾਵਾਂ ਨਿਭਾ ਚੁੱਕੇ ਨੇ। ਅਸੀਂ ਇੱਕ ਵਾਰ ਫਿਰ ਤੋਂ ਰੁੱਖ ਕਰ ਲੈਂਦੇ ਹਾਂ ਭਾਈ ਜਸਵੀਰ ਸਿੰਘ ਵੀਰ ਹੋਣਾ ਦਾ। ਵੀਰ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਇਹੋ ਜਿਹੇ ਨਾਜ਼ੁਕ ਮਸਲਿਆਂ ਉੱਤੇ ਇਹਨਾਂ ਨੂੰ ਤਰਕ ਦਿੱਤਾ ਗਿਆ ਕਿ ਤੁਹਾਡਾ ਟਰੱਸਟ ਤਾਂ ਹਟਾਇਆ ਜਾ ਰਿਹਾ ਕਿ ਸੁਰੱਖਿਆ ਦੇ ਕਾਰਨਾਂ ਦੇ ਕਰਕੇ, ਇਸ ਮਾਮਲੇ ਦੇ ਵਿੱਚ ਡਿਪਟੀ ਕਮਿਸ਼ਨਰ ਦਾ ਕੋਈ ਰੋਲ ਨਹੀਂ ਆਉਂਦਾ ਕਿ ਉਹ ਕੋਈ ਜਾਂਚ ਕਰਵਾਉਂਦਾ ਇਸ ਤੋਂ ਪਹਿਲਾਂ? ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਅੱਜ ਕੱਲ੍ਹ ਦੀਆਂ ਤੁਸੀਂ ਜੋ ਮੀਡੀਆ ਰਿਪੋਰਟਸ ਆ ਰਹੀਆਂ ਹੈਗੀਆਂ, ਪੁਲਿਸ ਜਿਹੜੀ ਹੈਗੀ ਹੈ ਉਹ ਸਿਵਲ ਪ੍ਰਸ਼ਾਸਨ 'ਤੇ ਹਾਵੀ ਹੋਈ ਜਾ ਰਹੀ ਹੈ ਜੀ। ਔਰ ਦੀਨਾਨਗਰ ਦੀ ਹੁਣੇ ਇੰਸੀਡੈਂਟ ਹੋਈ ਹੈ ਔਰ ਪੁਲਿਸ ਪ੍ਰਸ਼ਾਸਨ ਦਾ ਜੋ ਕੀਤਾ ਗਿਆ ਹੈਗਾ, ਕੀ ਹੋਈ, ਕਿਸ ਤਰ੍ਹਾਂ ਉਹਨਾਂ ਨੇ ਐਕਸ਼ਨ ਕੀ ਹੋਇਆ ਹੈਗਾ, ਇਹ ਕਦੇ ਵੀ ਨਹੀਂ ਹੋਇਆ ਹਿਸਟਰੀ ਦੇ ਵਿੱਚ ਪੰਜਾਬ ਦੀ ਕੈਬਨਿਟ ਮੀਟਿੰਗ ਹੋ ਰਹੀ ਹੋਵੇ ਅਤੇ ਉੱਥੇ ਜੋ ਪੰਜਾਬ ਦੇ ਜਿਹੜੇ ਸਾਡੇ ਅਫੀਸਰਸ ਹੈਗੇ ਆ, ਆਈ ਏ ਐੱਸ ਅਫੀਸਰਸ ਹੈਗੇ ਆ, ਉਹ ਉਹਨਾਂ ਨੂੰ ਕੁਛ ਪਤਾ ਹੀ ਨਾ ਹੋਵੇ ਕਿ ਕੈਬਨਿਟ ਮੀਟਿੰਗ ਹੋ ਰਹੀ ਹੈ ਔਰ ਉਹਦੇ ਵਿੱਚ ਜੋ ਉਸ ਇੰਸੀਡੈਂਟ ਨੂੰ ਬਣੀ ਹੈ ਉੱਥੇ ਦੀ, ਉਹਦੀ ਕੀ ਬੈਕਗਰਾਊਂਡ ਹੈ, ਕੀ ਉਹਦੇ ਐਕਚੁਅਲ ਫੈਕਟਸ ਕੀ ਹੈਗੇ ਆ। ਸੋ ਇਹ ਰੋਲ ਜਿਹੜਾ ਹੈਗਾ, ਮੈਂ ਡਿਪਟੀ ਕਮਿਸ਼ਨਰ ਦਾ ਬੜਾ ਵੱਡਾ ਰੋਲ ਹੁੰਦਾ ਇਹਦੇ ਵਿੱਚ, ਲੇਕਿਨ ਇਸ ਕੇਸ ਵਿੱਚ ਤਾਂ ਇਹ ਤਾਂ ਪੁਲਿਸ ਦੀ ਨਿਰੀ ਜਿਹਨੂੰ ਕਹਿੰਦੇ ਹੈਗੇ ਗੁੰਡਾ ਰਾਜ, ਜੰਗਲ ਰਾਜ ਵਾਲੀ ਜਿਹੜੀ ਗੱਲ ਹੈ ਜੋ ਪਹਿਲਾਂ ਹੁੰਦਾ ਸੀਗਾ, ਜੋ ਉਹ ਇਹ ਉਸ ਤਰ੍ਹਾਂ ਦੀ ਕਾਰਵਾਈ ਹੈਗੀ, ਪ੍ਰਸ਼ਾਸਨਿਕ ਤੌਰ 'ਤੇ ਕੋਈ ਕਾਰਵਾਈ ਨਹੀਂ, ਬਸ ਉੱਪਰੋਂ ਆਲਾ ਅਧਿਕਾਰੀ ਹੁੰਦਾ ਇਸ ਤਰ੍ਹਾਂ ਦੀ ਮੇਰੀ ਲੰਬੀ ਸਰਵਿਸ 'ਚ 42 ਸਾਲ ਮੈਂ ਰਿਹਾ ਹੈਗਾ, DC ਵੀ ਰਿਹਾ, ਡਿਵੀਜ਼ਨਲ ਕਮਿਸ਼ਨਰ ਵੀ ਰਿਹਾ ਹੈਗਾ, ਮੈਨੂੰ ਇੱਕ ਵੀ ਵਾਕਿਆ ਯਾਦ ਨਹੀਂ ਕਿ ਇਸ ਤਰ੍ਹਾਂ ਗੁਰਸਿੱਖ ਕਲਚਰ ਹੈਰੀਟੇਜ ਵਾਲੀਆਂ ਵਸਤਾਂ ਨੂੰ ਉੱਥੇ ਜਾ ਕੇ ਇਸ ਤਰ੍ਹਾਂ ਤੁਸੀਂ ਕਰੋ। ਅਸੀਂ ਤਾਂ ਗੁਰੂ ਸਾਹਿਬਾਂ ਦੇ ਨਾਲ ਇਹ ਜਿਹੜੇ ਸਤਾਰ ਹੈ, ਦਿਲ ਰਬਾ ਹੈ, ਰਬਾਬ ਹੈਗੇ, ਅਸੀਂ ਤਾਂ ਵੈਸੇ ਸੀਸ ਝੁਕਾਉਂਦੇ ਹਾਂ ਤੇ ਉੱਥੇ ਜਾ ਕੇ ਤੁਸੀਂ, ਔਰ ਕਈ ਮੈਨੂਸਕ੍ਰਿਪਟਸ ਵੀਰ ਸਾਹਿਬ, ਕੱਲੇ ਸਿਰਫ ਸਾਜ਼ ਹੀ ਨਹੀਂ, ਮੈਨੂਸਕ੍ਰਿਪਟਸ, ਬਾਣੀ ਦੇ ਮੈਨੂਸਕ੍ਰਿਪਟਸ, ਉਹ ਸਾਰਿਆਂ ਦੀ ਡੈਸੈਕ੍ਰੇਸ਼ਨ ਕਰ ਰਹੇ। ਦਲੀਪ ਸਿੰਘ ਜੀ, ਸਾਡੀ ਜਾਣਕਾਰੀ ਦੇ ਮੁਤਾਬਕ ਤਕਰੀਬਨ 4.25 ਸਾਲ ਤੁਹਾਡਾ ਟਰੱਸਟ ਉੱਥੇ ਚੱਲਦਾ ਰਿਹਾ। ਹਾਂਜੀ, ਹੈ ਨਾ ਜੀ। ਤੇ ਉਸ ਦੇ ਦੌਰਾਨ ਤੁਹਾਨੂੰ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਵੀ ਦਿੱਤੀ ਗਈ ਸੀ 2 ਕਰੋੜ ਰੁਪਏ ਦੇ, ਤੇ ਮੇਰੇ ਖਿਆਲ 'ਚ ਉਹ ਗ੍ਰਾਂਟ ਤੁਹਾਨੂੰ ਮਿਲੀ ਨਹੀਂ, ਤੇ ਉਸ ਦੇ ਬਾਰੇ ਤੁਹਾਨੂੰ ਗ੍ਰਾਂਟ ਵੀ ਦਿੱਤੀ, ਕੋਈ ਤਾਂ ਆਧਾਰ ਰਿਹਾ ਹੋਣਾ ਜਿਹਦੇ ਉੱਤੇ, ਜਿਸਦੇ ਕਾਰਨ ਤੁਹਾਡੇ ਉੱਤੇ ਕਾਰਵਾਈ ਕੀਤੀ ਗਈ ਕਿ ਸੁਰੱਖਿਆ ਦੇ ਕਾਰਨ ਉਹ ਦੱਸ ਰਹੇ ਨੇ। ਵੈਸੇ ਤੁਸੀਂ ਇਹਨੂੰ ਸਿਆਸੀ ਤੌਰ 'ਤੇ ਨਹੀਂ ਲੈ ਕੇ ਚੱਲਦੇ? ਇਹ ਦਰਅਸਲ ਮੈਂ ਜਿਹੜੀ ਦੇਖੋ ਜਿਹੜਾ ਪ੍ਰੋਜੈਕਟ ਮੈਂ 2007 ਵਿੱਚ ਪੰਜਾਬ ਸਰਕਾਰ ਦੇ ਦਸਤਕ ਕਰਕੇ ਦਿੱਤਾ ਸੀ, ਉਹ ਵੀ ਇਸ ਕਰਕੇ ਕਿ ਜਿਹੜੀ ਅਸੀਂ ਥੀਮੈਟਿਕਲੀ ਜਿਹੜੀ ਥਾਂ ਇੱਕ ਅਲਨਾ ਚੁਣਿਆ ਸੀ, ਸੱਥ ਚੁਣੀ ਸੀ, ਜਿਸ ਨੂੰ ਅਸੀਂ ਰਾਂਗਲੀ ਸੱਥ ਕਹਿੰਦੇ ਹਾਂ, ਕਿ ਕਾਸ਼ ਇੱਕ ਅਰਦਾਸ ਭਰੀ ਕਿ ਫਿਰ ਪੰਜਾਬ ਦੇ ਰੰਗ ਫਿਰ ਇੱਥੇ ਉਜਾਗਰ ਹੋਣ ਔਰ ਫਿਰ ਬਹਾਰ ਆਵੇ, ਬਸੰਤ ਆਵੇ। ਉਸ ਨੂੰ ਨਤਮਸਤਕ ਕਰਦਿਆਂ ਪੰਜਾਬ ਸਰਕਾਰ ਨੇ ਇੱਕ ਤਾਂ ਮੈਨੂੰ ਇੱਕ ਤਰ੍ਹਾਂ ਨਾਲ ਰਿਕੁਐਸਟ ਕੀਤੀ ਸੀ ਕਿ ਸੁਲਤਾਨਪੁਰ ਲੋਧੀ ਡਿਵੈਲਪਮੈਂਟ ਬੋਰਡ ਜਿਹੜਾ ਬਣਨਾ ਸੀ ਉਹਦੇ ਵਿੱਚ ਮਦਦ ਕੀਤੀ ਜਾਵੇ, ਉਹ ਮੈਂ ਕੀਤੀ, ਜਿਹਦੇ ਵਿੱਚ 3 ਵੱਡੇ ਨਾਮ ਜਿਹੜੇ ਨੇ, 2 ਬਹੁਤ ਹੀ ਵੱਡੇ ਔਰ 1 ਉੱਭਰਦੇ ਹੋਏ ਜਿਹੜੇ ਕਾਰਪੋਰੇਟ ਜਗਤ ਦੇ ਨਾਮ ਨੇ, ਉਹਨਾਂ 3 ਜਣਿਆਂ ਨੂੰ ਮੈਂ ਬੇਨਤੀ ਕਰਕੇ ਸੁਲਤਾਨਪੁਰ ਲੋਧੀ ਡਿਵੈਲਪਮੈਂਟ ਬੋਰਡ ਦਾ ਉਹਦੇ ਵਿੱਚ ਮੈਂ ਜਿਹਨੂੰ ਕਹੀਏ ਉਹਨਾਂ ਦੀ ਸ਼ਿਰਕਤ ਪਵਾਈ ਸੀ। ਨਹੀਂ, ਮੇਰਾ ਸਵਾਲ ਇਹ ਹੈ ਕਿ ਕੋਈ ਤਾਂ ਆਧਾਰ ਰਿਹਾ ਹੋਣਾ ਜਿਹਦੇ ਕਰਕੇ ਤੁਹਾਡੇ ਉੱਤੇ ਕਾਰਵਾਈ ਕੀਤੀ। ਉਹਦੇ ਵਿੱਚ ਜਿਹੜਾ ਪ੍ਰੋਜੈਕਟ ਸੀਗਾ ਕਿਲੇ ਦੇ ਵਿੱਚ, ਜਿਹੜਾ ਕਿ ਉਸਦੀ ਪੁਰਾਣੀ ਜਿਹੜੀ ਕੌਨਜ਼ਰਵ ਜਿਹੜੀ ਇਮਾਰਤ ਹੈ ਉਹਦਾ, ਉਹਨੂੰ ਅਸੀਂ ਸਥੂਲ ਵਿਰਸਾ ਕਹਿੰਦੇ ਹਾਂ, ਟੈਂਜੀਬਲ ਹੈਰੀਟੇਜ ਕਹਿੰਦੇ ਹਾਂ, ਉਹਦੀ ਕੌਨਜ਼ਰਵੇਸ਼ਨ ਵਰਨੈਕੂਲਰ ਆਰਕੀਟੈਕਚਰ ਦੇ ਮੁਤਾਬਕ ਕਰਕੇ, ਉਹਦੀ ਰੀਜਨਰੇਸ਼ਨ ਦੇ ਮੋਡ ਦੇ ਵਿੱਚ ਉਹਦੀ ਕੁਛ ਨਵੀਂ ਉਸਾਰੀ ਵੀ ਕਰਕੇ, ਨਵੇਂ ਹਿੱਸੇ ਪਰ ਉਸੇ ਆਰਕੀਟੈਕਚਰ ਦੇ ਮੁਤਾਬਕ, ਔਰ ਉਹਦਾ ਅਡੈਪਟਿਵ ਰੀਯੂਜ਼
ਜਿਹੜਾ ਸੂਖਮ ਤੇ ਅਬੋਧ ਵਿਰਸੇ ਨੂੰ ਸਾਂਭਣ ਵਾਸਤੇ ਵਰਤਿਆ ਜਾਵੇ। ਯੂਨੀਕ ਔਰ ਨਿਵੇਕਲਾ ਪ੍ਰੋਜੈਕਟ ਪੂਰੀ ਦੁਨੀਆ 'ਚੋਂ ਜਾਣਿਆ ਗਿਆ, ਜਿਹਦੇ ਕਰਕੇ ਵੱਡੇ ਜਿਹੜੇ ਆਰਕੀਟੈਕਟ ਨੇ ਦੁਨੀਆ ਦੇ, ਲੈਂਡਸਕੇਪ ਆਰਕੀਟੈਕਟਸ ਨੇ, ਟਾਊਨ ਪਲੈਨਰਸ ਨੇ, ਉਹਨਾਂ ਨੇ ਸ਼ਿਰਕਤ ਆਪਣੀ ਵਲੰਟੀਅਰ ਕੀਤੀ, ਆਪਣੀ ਹਿੱਸੇਦਾਰੀ ਵਲੰਟੀਅਰ ਕੀਤੀ ਕਿ ਬਗੈਰ ਪੈਸੇ ਦੇ ਉਹ ਹਿੱਸਾ ਪਾਉਣਗੇ। ਉਹ ਸਾਇੰਟਿਫਿਕ ਐਡਵਾਈਜ਼ਰੀ ਕਮੇਟੀ ਪ੍ਰੋਫੈਸਰ ਪਾਓਲੋ ਚੇਕਰੇਲੀ ਹੈੱਡ ਕਰਦੇ ਨੇ, ਜਿਹੜੇ ਸਟੇਟ ਵਿਜ਼ਿਟ 'ਤੇ ਦੋ ਵਾਰ ਪੰਜਾਬ ਆ ਚੁੱਕੇ ਨੇ। ਕਹਿਣ ਦਾ ਭਾਵ ਇਹ, ਜਿਹੜਾ ਕਹਿੰਦੇ ਇਲੀਗਲ ਹੈ, ਇਹ ਸਾਰੀ ਪੰਜਾਬੀਅਤ ਔਰ ਜਿੰਨੇ ਵੀ ਗੁਰਸਿੱਖ ਜਿਹੜੀ ਇੱਕ ਭਾਵਨਾ ਰੱਖਦੇ ਨੇ, ਉਹਨਾਂ ਨੂੰ ਇਹ ਅੱਖਾਂ 'ਚ ਜਿਹਨੂੰ ਕਹੀਏ ਸਮੋਕ ਅੱਖਾਂ ਉਜਲ ਅੱਖਾਂ 'ਚ ਧੂਲ ਪਾਉਣ ਵਾਲੀ ਗੱਲ ਕਰਦੇ ਨੇ। ਤੁਹਾਡਾ ਕਹਿਣਾ ਕਿ ਨਜਾਇਜ਼ ਕਬਜ਼ਾ ਨਹੀਂ ਸੀ? ਨਜਾਇਜ਼ ਕਿਵੇਂ, ਜਦੋਂ ਚੀਫ ਮਿਨਿਸਟਰ ਦੇ ਲੈਵਲ ਦੇ ਉੱਤੇ ਸੁਲਤਾਨਪੁਰ ਲੋਧੀ ਡਿਵੈਲਪਮੈਂਟ ਬੋਰਡ ਦੇ ਵਿੱਚ ਫੈਸਲੇ ਹੋਏ ਹੋਏ ਨੇ, ਮਿਨਟਸ ਆਫ ਦਾ ਮੀਟਿੰਗਸ ਆਏ ਹੋਏ ਨੇ। ਫੋਰ ਐਗਜ਼ਾਮਪਲ, ਪੁਲਿਸ ਥਾਣੇ ਦੀ ਗੱਲ ਹੈ, 7.2 ਕਲੋਜ਼ ਹੈ ਦੂਜੀ ਜਿਹੜੀ ਸੁਲਤਾਨਪੁਰ ਲੋਧੀ ਡਿਵੈਲਪਮੈਂਟ ਬੋਰਡ ਮੀਟਿੰਗ ਹੋਈ ਅਗਸਤ 2008 ਵਿੱਚ, ਉਹਦੇ ਵਿੱਚ 7.2 ਕਲੋਜ਼ ਕਹਿੰਦਾ, ਐਟ ਦ ਰਿਕੁਐਸਟ ਆਫ ਭਾਈ ਬਲਦੀਪ ਸਿੰਘ, ਚੇਅਰਮੈਨ ਅਨਾਦ ਫਾਊਂਡੇਸ਼ਨ, ਦੀ ਆਨਰੇਬਲ ਚੀਫ ਮਿਨਿਸਟਰ ਦੇਰ ਐਂਡ ਦੈਨ ਡਿਸਾਈਡਡ ਟੂ ਸ਼ਿਫਟ ਦ ਪੁਲਿਸ ਸਟੇਸ਼ਨ ਆਊਟਸਾਈਡ ਦ ਕਿਲਾ ਸਰਾਏ, ਐਕਸ਼ਨ ਟੂ ਬੀ ਟੇਕਨ ਬਾਈ ਦ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਐਂਡ ਬਾਈ ਦ ਡੀਸੀ ਐਂਡ ਦੀ ਐਸਐਸਪੀ ਕੰਸਰਨ, ਉਹ ਸਾਰਾ ਉਹਨਾਂ ਨੇ ਲਿਖਿਆ ਐਕਸ਼ਨ ਟੂ ਬੀ ਕਿਹਦੇ ਨਾਲ। ਦੂਜੀ ਗੱਲ, ਉੱਥੇ ਜਦੋਂ ਉਸੇ ਮੀਟਿੰਗ 'ਚ ਪਹਿਲੀ ਵਾਰ ਜਦੋਂ ਮੁੱਦਾ ਉੱਠਿਆ, ਆਨਰੇਬਲ ਚੀਫ ਮਿਨਿਸਟਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਆਪਣੇ ਜਿਹੜੇ ਸਾਥੀ ਸਨ ਉਹਨਾਂ ਦੇ ਆਫਿਸ ਤੋਂ ਸੀਨੀਅਰ ਅਧਿਕਾਰੀ, ਉਹਨਾਂ ਨੂੰ ਕਿਹਾ ਕਿ ਡੀਜੀਪੀ ਨਾਲ ਫੋਨ ਮਿਲਾਇਆ ਜਾਏ। ਸਾਰੇ ਅਸੀਂ ਕਈ ਮੰਤਰੀਗਣ ਬੈਠੇ ਨੇ, ਮਨਪ੍ਰੀਤ ਬਾਦਲ ਉਸ ਮੀਟਿੰਗ 'ਚ ਬੈਠੇ, ਸਾਰੇ ਜਣੇ ਬੈਠੇ ਹੋਏ ਨੇ, ਉਹਨਾਂ ਨੇ ਫੋਨ ਮਿਲਾਇਆ ਤੇ ਸਾਨੂੰ ਨਹੀਂ ਪਤਾ ਕਿ ਡੀਜੀਪੀ ਨੇ ਕੀ ਕਿਹਾ, ਪਰ ਬਾਦਲ ਸਾਹਿਬ ਨੇ ਕੁਛ ਨਹੀਂ ਕਿਹਾ ਤੇ ਅਗਲਾ ਏਜੰਡਾ ਸ਼ੁਰੂ ਹੋਇਆ। ਤੇ ਅਖੀਰ 'ਚ ਉਹਨਾਂ ਨੇ ਕਿਹਾ, ਜਦੋਂ ਸਮਾਪਨ ਹੋ ਰਿਹਾ ਸੀ, ਪੌਣੇ ਦੋ ਘੰਟੇ ਬਾਅਦ ਮੀਟਿੰਗ ਸਮਾਪਤ ਹੋਣ ਲੱਗੀ, ਕਹਿਣ ਲੱਗੇ ਜੀ ਸਿਰਨੀਵਾ ਕਰਕੇ ਜੀ, ਉਹ ਕਿਲੇ ਦਾ ਤਾਂ ਸ਼ੀ ਹੋਣਾ ਨਹੀਂ, ਕਿ ਜੀ ਉੱਥੇ ਪੁਲਿਸ ਦੇ ਕੁਝ ਅਧਿਕਾਰੀਆਂ ਦੇ ਨਾ ਉੱਥੇ ਘਰ ਨੇ, ਉਹ ਪਰਿਵਾਰ ਰਹਿੰਦੇ ਨੇ, ਤੇ ਉਹਨਾਂ ਨੇ ਸਾਹ ਲਿਆ। ਸਮੇਂ ਦੀ ਘਾਟ ਦੇ ਚੱਲਦੇ ਆਪਾਂ ਸੰਖੇਪ ਵਿੱਚ ਆਈਏ, ਸੰਖੇਪ ਵਿੱਚ ਆਈਏ ਭਾਈ ਬਲਦੀਪ ਸਿੰਘ ਜੀ, ਕਿ ਤੁਹਾਨੂੰ ਇਹਨਾਂ ਕਮਰਿਆਂ ਦੀ ਇਜਾਜ਼ਤ ਕਿਸਨੇ ਦਿੱਤੀ? ਨੋ, ਇਹ ਗੱਲ ਇੰਪੋਰਟੈਂਟ, ਉਹੀ ਮੈਂ ਪੁਆਇੰਟ ਦੱਸਣਾ ਚਾਹ ਰਿਹਾ। ਉਹਨਾਂ ਨੇ ਸਾਹ ਲਿਆ, ਮੇਰਾ ਹੱਥ ਉੱਠਿਆ, ਕਹਿੰਦੇ ਹਾਂਜੀ ਸਰਦਾਰ ਜੀ। ਮੈਂ ਕਿਹਾ ਜੀ ਆਨਰੇਬਲ ਚੀਫ ਮਿਨਿਸਟਰ, ਲੈਟਸ ਡਿਸਾਈਡ ਵਨਸ ਐਂਡ ਫੋਰ ਆਲ ਵੈਦਰ ਦਿਸ ਹਿਸਟੋਰਿਕ ਫੈਸਿਲਿਟੀ ਵਿਲ ਕੰਟੀਨਿਊ ਟੂ ਬੀ ਦੀ ਹੋਮ ਫੋਰ ਦਾ ਫੈਮਿਲੀਜ਼ ਆਫ ਅ ਫਿਊ ਪੁਲਿਸ ਆਫੀਸ਼ਲਸ, ਔਰ ਵਿਲ ਇਟ ਬਿਕਮ ਦਾ ਹੋਮ ਆਫ ਦਾ ਕਲਚਰਲ ਰਿਸਰਜੈਂਸ ਐਂਡ ਰੈਨੇਸਾਂ ਆਫ ਦੀ ਪੰਜਾਬ। ਉੱਥੇ ਮੀਟਿੰਗ ਸਮਾਪਤ ਹੋਈ, ਅਗਲੇ ਦਿਨ ਪਹਿਲੀ ਵਾਰ ਅਖਬਾਰ 'ਚ ਵੀ ਪ੍ਰੈਸ ਨੋਟ ਜਾਰੀ ਹੋਇਆ ਕਿ ਕੰਜ਼ਰਵੇਸ਼ਨਿਸਟ ਭਾਈ ਬਲਦੀਪ ਸਿੰਘ ਨੂੰ ਕਿਲੇ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪੁਆਇੰਟ ਆਈ ਐਮ ਮੇਕਿੰਗ ਇਜ਼ ਕਿ ਜਿੱਥੇ ਵਰਲਡ ਟੂਰਿਜ਼ਮ ਆਰਗੇਨਾਈਜੇਸ਼ਨ ਦੀ ਸੁਜੈਸ਼ਨਸ ਦੇਖੋ, ਉਹਨਾਂ ਨੂੰ ਵੀ ਮੈਂ ਸੁਲਤਾਨਪੁਰ ਲੋਧੀ ਬਾਬਤ ਪ੍ਰੈਜੈਂਟੇਸ਼ਨਸ ਦਿੱਤੀਆਂ ਸਰਕਾਰ ਦੇ ਕਹਿਣ ਤੇ। ਮਤਲਬ ਅਧਿਕਾਰਿਕ ਤੌਰ ਤੇ ਤੁਹਾਨੂੰ ਕਮਰੇ ਦੀ? ਕਹਿਣ ਦਾ ਭਾਵ ਹੈ, ਅਸੀਂ ਆਪਣੇ ਆਪ ਨਹੀਂ ਗਏ, ਆਈ ਰਿਕੁਐਸਟਡ, ਜਦੋਂ 2 ਕਰੋੜ ਦੀ ਗ੍ਰਾਂਟ ਦਿੱਤੀ ਹੈ, ਤੁਸੀਂ ਦੇਖੋ ਜਿਹਦੇ ਕਰਕੇ ਪਿਆਰ ਵੀ ਮਿਲਿਆ, ਭਾਵੇਂ ਉਹ ਬਿਊਰੋਕਰੈਟਸ ਨੇ, PCS ਜਾਂ IAS ਸਰਵਿਸ ਦੇ ਬੰਦੇ ਨੇ, ਜਾਂ ਪੁਲਿਸ ਸਰਵਿਸਿਸ ਦੇ ਬੰਦੇ ਨੇ, ਜਾਂ ਸਿਆਸਤਦਾਨ ਨੇ, ਸਾਡੀ ਸੁੱਚਤਾ ਔਰ ਨੀਅਤ ਨੂੰ ਦੇਖ ਕੇ ਅੱਜ ਤਾਈਂ ਪੱਕਾ ਪਿਆਰ ਹੈ। ਜਿਹੜੇ ਸੁੱਚੇ ਨੇ, ਜਿਹਨਾਂ ਨੇ ਜਿਹਨਾਂ ਦੇ ਜਿਹਨੇ ਅਲਮਾਰੀਆਂ 'ਚ ਜਿਹਨਾਂ ਦੇ ਸਕੈਲੇਟਨਸ ਨੇ, ਉਹ ਸਾਥੋਂ ਡਰਦੇ ਨੇ। ਆਹ ਚਿੱਠੀ ਕਿਉਂ ਮਿਲੀ? ਮੈਂ ਜਦੋਂ 2 ਕਰੋੜ ਦੀ ਗ੍ਰਾਂਟ ਜਦੋਂ ਦਿੱਤੀ ਜਾਂਦੀ, ਸਰਕਾਰ ਪੁੱਛਦੀ ਤੁਸੀਂ ਖਰਚੋਗੇ ਕਿਵੇਂ, ਅਸੀਂ ਸੋਚਿਆ ਕਿ ਭਾਈ ਅਨਾਦ ਫਾਊਂਡੇਸ਼ਨ ਇੱਕ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹੈ, ਦੇਸ਼ ਦੀ ਪਰੰਪਰਾਵਾਂ ਦੀ ਸੇਵਾ ਵਾਸਤੇ ਬਣੀ ਹੈ। ਇਹ ਜਿੰਨੇ ਸਾਡੇ ਸਾਥੀ ਨੇ, ਅਸੀਂ ਆਪਣੀ ਦਸਾਂ ਨੌਹਾਂ ਦੀ ਕਿਰਤ 'ਚੋਂ ਹਿੱਸੇ ਕੱਢ ਕੇ ਅਸੀਂ ਬੱਚਿਆਂ ਦੀ, ਟੀਚਰਾਂ ਦੀ ਤਨਖਾਹਾਂ ਦਿੰਦੇ ਹਾਂ। ਭਾਵ ਇਹ ਹੈ ਕਿ ਅਸੀਂ ਸੋਚਿਆ ਅਸੀਂ ਪੈਸੇ ਕੀ ਕਰਨੇ ਆ,
ਅਸੀਂ ਸਰਕਾਰ ਨੂੰ ਕਿਹਾ ਜੀ ਸਾਨੂੰ ਅਨਾਥ ਫਾਊਂਡੇਸ਼ਨ ਨੂੰ ਕਿਲੇ ਦੀ ਨਾਮਕਰਨ ਸਾਡੇ ਨਾਂ ਤੇ ਨਾ ਕਰੋ, ਲੈਟ ਦੀ ਰੈਵਨਿਊ ਡਿਪਾਰਟਮੈਂਟ ਓਨ ਇਟ, ਅਟੈਚ ਦੀ ਐਜੂਕੇਸ਼ਨ ਡਿਪਾਰਟਮੈਂਟ ਐਜ਼ ਵੈਲ ਐਜ਼ ਦਾ ਕਲਚਰ ਡਿਪਾਰਟਮੈਂਟ, ਇਹ ਆਪਾਂ ਸਾਂਝਾ ਕੰਮ ਕਰ ਰਹੇ, ਇਹਦੇ ਚ ਮਲਕੀਅਤ ਦੀ ਗੱਲ ਨਹੀਂ ਪਹਿਲੀ ਗੱਲ। ਦੂਜੀ ਗੱਲ ਕਿ ਜੇ ਪਬਲਿਕ ਮਨੀ 2 ਕਰੋੜ ਦੇ ਰਹੇ ਹੋ, ਕਿਲੇ ਦੇ ਵਿੱਚ ਸਥਾਨ ਨੇ, ਦਰਬਾਰ ਹਾਲ ਹੈ ਜਿਹੜਾ ਇਤਿਹਾਸਕ ਹੈ, ਮਸੀਤ ਹੈ ਜਿਹੜੀ ਤੈਮੂਰ ਲੰਗ ਦੀ ਬਣਾਈ ਹੈ 1350 ਦੀ, ਜਿਹਦੇ ਸਾਹਮਣੇ ਪਹਿਲੇ ਪਾਤਸ਼ਾਹ ਨੇ ਆ ਕੇ ਮਨਜ਼ੂਰੀ ਦਿੱਤੀ ਸੀ ਨਵਾਜ਼ ਅਦਾ ਕਰਨ ਦੀ, ਲਾਹੌਰ ਗੇਟ ਜਿਹਦੇ ਰਾਹੀਂ ਗੁਰੂ ਪਾਤਸ਼ਾਹ ਅੰਦਰ ਤੁਰ ਆਉਂਦੇ ਜਾਂਦੇ ਰਹੇ, ਕਲੋਨੀਅਲ ਸਟਰਕਚਰ ਹਨਗੇ। ਅਸੀਂ ਕਿਹਾ ਕਿ 2 ਕਰੋੜ ਹੈ ਫਾਊਂਡੇਸ਼ਨ, ਉਹਦੇ ਨਾਲ 2, 4, 6, 8 ਜਿਹੜੀ ਵੀ ਲੋੜ ਪਈ ਉਹਨੂੰ ਐਡ ਕਰਾਂਗੇ। ਇਹ ਕਬੂਲ ਕੀਤਾ ਗਿਆ, ਹੈਰਾਨ ਹੋਏ, ਕਹਿੰਦੇ ਪਹਿਲੀ ਵਾਰ ਸੁਣ ਰਹੇ ਹੈ ਕਿ ਲੋਕੀ ਤਾਂ 2 ਕਰੋੜ ਲੈ ਕੇ 1 ਕਰੋੜ ਰੁਪਇਆ ਸਿਆਸਤਦਾਨਾਂ ਤੋਂ ਦੇ ਦਿੰਦੇ, 1 ਕਰੋੜ ਆਪਣੀ ਜੇਬ ਚ ਪਾ ਲੈਂਦੇ। ਭਾਈ ਸਾਹਿਬ ਆਪਾਂ ਭਾਵ ਇਹ ਹੈ ਕਿ ਉਦੋਂ ਮੈਂ ਚਿੱਠੀ ਲਿਖੀ ਕਿ ਸਾਨੂੰ ਜਿਹੜੇ ਅਬੈਂਡਨਡ ਸਟਰਕਚਰਸ ਨੇ ਜਿਹੜੇ ਯੂਜ਼ ਵਿੱਚ ਨਹੀਂ ਹਨਗੇ ਕਿਲੇ ਦੇ ਵਿੱਚ, ਕਿਉਂਕਿ ਕੰਮ ਇਨ ਸਬਸਟੈਂਸ ਸ਼ੁਰੂ ਹੋ ਚੁੱਕਿਆ, ਸਰਕਾਰ ਦੀ ਮਨਜ਼ੂਰੀ ਵੀ ਹੋ ਗਈ ਹੈ, ਅੱਜ ਨਹੀਂ ਤਾਂ ਕੱਲ੍ਹ ਹੁਕਮ ਵੀ ਜਾਰੀ ਹੋ ਜਾਣਗੇ, ਉਹ ਸਾਨੂੰ ਅਬੈਂਡਨਡ ਸਟਰਕਚਰਸ ਜਿਹੜੇ ਇਨ ਯੂਜ਼ ਨਹੀਂ ਹਨਗੇ ਉਹ ਸਾਨੂੰ ਦਿੱਤੇ ਜਾਣ। ਕਈ ਲੱਖ, ਟੈਨਸ ਆਫ ਲੈਕਸ ਵੀ ਹੈਵ ਸਪੈਂਟ ਇਨ ਰੈਨੋਵੇਟਿੰਗ ਦੋ ਸਟਰਕਚਰਸ ਜਿਹੜੇ ਪੁਲਿਸ ਵਾਲਿਆਂ ਨੇ ਅੱਜ ਕਬਜ਼ਾ ਕਰਨ ਦਾ ਯਤਨ ਕੀਤਾ ਹੋਇਆ। ਓਕੇ ਭਾਈ ਜਸਵੀਰ ਸਿੰਘ ਜੀ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੀ ਕਾਰਵਾਈ ਕਿਸ ਤਰ੍ਹਾਂ ਸਾਹਮਣੇ ਆਉਂਦੀ ਹੈ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਦੀ ਬਿਊਰੋਕਰੇਸੀ ਦੇ ਵਿੱਚ ਨਵਾਂ ਟ੍ਰੈਂਡ ਆਇਆ ਕਿ ਅਕਾਵਾਂ ਦੀ ਗੱਲ ਮੰਨ ਕੇ? ਨਹੀਂ, ਅੱਜ ਕੱਲ੍ਹ ਜਿਹੜਾ ਬਿਊਰੋਕਰੇਸੀ ਦਾ ਜਿਹੜਾ ਟ੍ਰੈਂਡ ਆ ਗਿਆ ਹੈਗਾ, ਉਹ ਇੱਕ ਜੋ ਆਪਣੇ ਪੋਲੀਟੀਕਲ ਮਾਸਟਰਸ ਹੈਗੇ ਨਾ, ਉਹਨਾਂ ਦੇ ਜੋ ਕਹਿੰਦੇ ਹੈਗੇ ਆ ਰੂਲ ਆਫ ਲਾਅ ਜਾਂ ਪਬਲਿਕ ਇੰਟਰਸਟ, ਬਿਲਕੁਲ ਬੋਦਰ ਨਹੀਂ ਕਰਦੇ ਹੈਗੇ। ਤੁਸੀਂ ਉਹਨਾਂ ਨੂੰ ਹੁੰਦਾ ਕਿ ਸਾਨੂੰ, ਅਸੀਂ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਬਣ ਜਾਵਾਂਗੇ, ਅਸੀਂ ਇਨਫੋਰਮੇਸ਼ਨ ਕਮਿਸ਼ਨਰ ਬਣ ਜਾਵਾਂਗੇ, ਸਾਨੂੰ ਹੁਣੇ ਕੱਲ੍ਹ ਸੀਗਾ ਕਿ ਇੱਕ ਸਰਵਿਸ ਹੈ ਜਿਹੜਾ ਐਕਟ ਹੈਗਾ, ਰਾਈਟ ਟੂ ਸਰਵਿਸ ਐਕਟ, ਉਹਦੇ ਥੱਲੇ ਸਰਕਾਰ ਨੇ 3 ਕਰੋੜ ਦਾ ਬਜਟ ਰੱਖਿਆ ਹੋਇਆ ਸੀਗਾ, ਔਰ ਉਹਦੇ ਕੋਲ ਚੀਫ ਸੈਕਟਰੀ ਦੀ ਸਟੇਟਮੈਂਟ ਹੈ ਕਿ ਜਿਹੜਾ ਕੰਮ ਪਹਿਲਾਂ 8.9 ਸੀਗਾ ਹੁਣ 1% ਰਹਿ ਗਿਆ ਜੂਨ ਤੱਕ, ਉਹਨਾਂ ਦਾ ਡਬਲ ਕਰ ਰਹੇ ਆ, ਮਤਲਬ 3 ਕਰੋੜ ਦਾ 6 ਕਰੋੜ, ਕਿ 6 ਮੈਂਬਰ ਹੋਰ ਐਡ ਕਰ ਦਿਓ। ਮੇਰੇ ਕਹਿਣ ਦਾ ਮਤਲਬ ਹੈਗਾ ਕਿ ਜਿਹੜੇ ਇਹ ਅਧਿਕਾਰੀ ਜਾਂ ਪੁਲਿਸ ਵਾਲੇ ਜਾਂ ਸਿਵਲ ਪ੍ਰਸ਼ਾਸਨ ਵਾਲੇ, ਇਹ ਉਹ ਉਹਨਾਂ ਨੂੰ ਇੱਕ ਕਿਸਮ ਦਾ ਲਾਲਚ ਦਿਖਦਾ ਰਹਿੰਦਾ ਹੈਗਾ। ਤੁਸੀਂ ਇਸ ਕਾਰਵਾਈ ਨੂੰ ਜਾਇਜ਼ ਮੰਗਦੇ ਹੋ ਜਾਂ ਨਜਾਇਜ਼ ਮੰਗਦੇ? ਨਹੀਂ, ਮੈਂ ਇਸ ਕਾਰਵਾਈ ਨੂੰ ਬਿਲਕੁਲ ਨਜਾਇਜ਼ ਮੰਗਦਾ ਹੈ, ਇਸ ਤਰ੍ਹਾਂ ਦੀ ਜਿਹੜੀ ਇੰਸੀਡੈਂਟ ਹੈਗੀ। ਜਦ ਕੈਬਨਿਟ ਦੇ ਵਿੱਚ ਤੁਸੀਂ ਇੱਕ ਸੰਸਥਾ ਨੂੰ ਕਿਸੇ, ਕਦੀ ਨਹੀਂ ਹੁੰਦਾ ਸਰਕਾਰੀ ਮਹਿਕਮੇ 'ਚ ਕਿਸੇ ਸੰਸਥਾ ਦੀ ਉਹਦੀ ਬੈਕਗਰਾਊਂਡ ਦੇਖੇ ਬਿਨਾਂ, ਉਹਦੀ ਜੈਨੂਨੈਸ ਦੇਖੇ ਬਿਨਾਂ ਕੋਈ ਸਰਕਾਰ ਦੀ 2 ਕਰੋੜ ਦੀ ਕੋਈ ਗ੍ਰਾਂਟ ਦਾ ਫੈਸਲਾ ਨਹੀਂ ਹੁੰਦਾ। ਭਾਈ ਬਲਦੀਪ ਸਿੰਘ ਜੀ, ਅਖੀਰ ਦੇ ਵਿੱਚ ਮੈਂ ਜਾਣਨਾ ਚਾਹਾਂਗਾ ਕਿ ਤੁਸੀਂ ਹੁਣ ਇਸ 'ਤੇ ਸਰਕਾਰ ਤੋਂ ਕੀ ਮੰਗ ਰੱਖਦੇ ਹੋ, ਅਤੇ ਕੀ ਤੁਸੀਂ ਇਹਦੇ ਬਾਰੇ ਸ਼੍ਰੋਮਣੀ ਕਮੇਟੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾਣੂ ਕਰਵਾਇਆ ਜਾਂ ਨਹੀਂ? ਦੇਖੋ, ਸ਼੍ਰੋਮਣੀ ਕਮੇਟੀ ਔਰ ਅਕਾਲ ਤਖ਼ਤ ਇੱਕ ਨਿੱਜੀ ਮਸਲਾ ਹੈ, ਉਹ ਮੈਂ ਅਗਲਾ ਕਦਮ ਹੋਏਗਾ। ਓਕੇ, ਪਹਿਲਾ ਕਦਮ ਇਹ ਸੀ, ਕਿਉਂਕਿ ਇੱਕ ਤਾਂ ਇਹ ਤੁਹਾਨੂੰ ਦੱਸਦਿਆਂ ਦੇਣਾ ਚਾਹਾਂਗਾ ਕਿ ਲੋਕਾਂ ਨੇ ਕਈ ਵਾਰ ਪੁੱਛਿਆ ਕਿ ਤੁਸੀਂ ਜੁਡੀਸ਼ੀਅਲ ਪ੍ਰੋਸੈਸ ਅੱਗੇ ਕਿਉਂ ਨਹੀਂ ਲਿਆ ਜਦੋਂ ਪੁਲਿਸ ਦੇ ਕਰਮਚਾਰੀ ਧਮਕੀਆਂ ਦਿੰਦੇ ਰਹੇ ਸਾਡੇ, ਜਾਂ ਧੱਕੇਸ਼ਾਹੀ ਕਰਦੇ ਰਹੇ ਨੇ, ਬਿਜਲੀ ਕੱਟ ਦਿਓ ਕਦੇ ਪਾਣੀ। ਅਸੀਂ ਅੱਜ ਤਾਈਂ ਕੇਸ ਇਸ ਕਰਕੇ ਨਹੀਂ ਕੀਤਾ ਕਿ ਜਿਹੜਾ ਪ੍ਰੋਜੈਕਟ ਹੈਗਾ ਉਹ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਰਾਹੀਂ ਹੈ। ਜੇ ਅਸੀਂ ਇੱਕ ਬੰਨੇ ਪੰਜਾਬ ਸਰਕਾਰ ਨੂੰ ਆਪਣੇ ਆਪ ਨੂੰ ਸਾਥੀ ਬਣਾ ਰਹੇ ਹਾਂ ਤੇ ਪਹਿਲਾਂ ਹੀ ਲੜਾਈ ਕਰ ਦਈਏ ਸ਼ੁਰੂ, ਪਹਿਲੀ ਗੱਲ। ਦੂਜੀ ਗੱਲ, ਇਸ ਵੇਲੇ ਜਿਹੜੀ ਉਹ ਜਿਹੜੀ ਮੇਰੀ ਸਮਝ ਹੈ ਕਿ ਲੋਕਲਾਈਜ਼ਡ ਹੈ, ਉਹ ਲੋਕਲ ਪੋਲੀਟੀਕਲ ਵੈਂਡੈਟਾ ਹੈ, ਪਰਸਨਲ ਵੈਂਡੈਟਾ ਹੈਗਾ, ਜਿਹਦੇ ਕਾਰਨ ਇੱਕ ਉਹ ਦੀਨਾਨਗਰ ਦੇ ਬਲਾਸਟ ਦੇ ਕਰਕੇ ਜੋ ਵੀ ਉੱਥੇ ਦੇ ਤਾਂ SP ਦੀ ਬਹਾਦਰੀ ਸੀ, ਇੱਥੇ ਦੇ ਪੁਲਿਸ ਅਫਸਰਾਂ ਦੀ ਕਾਇਰਤਾ ਸਾਹਮਣੇ ਆਉਂਦੀ ਹੈਗੀ ਹੈ।
ਪਹਿਲਾਂ ਮੇਰਾ ਜਿਹੜਾ ਕਦਮ ਹੈ ਉਹ ਇੱਕ ਤਾਂ RTI ਦੇ ਰਾਹੀਂ ਕੀਤਾ, ਦੂਜਾ ਅਸੀਂ ਪੰਜਾਬ ਸਰਕਾਰ ਨੂੰ, ਮੈਂ ਚੀਫ ਮਿਨਿਸਟਰ ਸਾਹਿਬ ਨੂੰ ਮਿਲਣ ਦਾ ਯਤਨ ਕਰ ਰਹੇ ਹਾਂ। 2 ਦਿਨ ਹੋ ਗਏ ਨੇ ਹਲੇ, ਕਿਉਂਕਿ ਉਹ ਸੰਗਤ ਦਰਸ਼ਨ 'ਚ ਸੀਗੇ। ਮੈਨੂੰ ਉਮੀਦ ਹੈ ਕੱਲ੍ਹ ਸਮਾਂ ਮਿਲ ਜਾਏਗਾ ਅਤੇ ਮੈਂ ਚਾਹ ਰਿਹਾ ਕਿ ਕੁਝ ਕਮਿਊਨਿਟੀ ਐਲਡਰਸ ਨਾਲ ਰਲ ਕੇ ਜਾਈਏ ਔਰ ਕੁਝ ਗੱਲਾਂ ਉਹਨਾਂ ਨੂੰ ਕਹੀਏ, ਡਿਮਾਂਡ ਕਰੀਏ ਕਿ ਇੱਕ ਤਾਂ ਜਿਹੜਾ ਇਲੀਗਲ, ਅਨਲੋਫੁਲ, ਆਰਬਿਟਰੇਰੀ, ਡਿਕਟੇਟੋਰੀਅਲ ਔਰ ਫੈਸਿਸਟ ਔਰ ਹਿਊਮਨ ਰਾਈਟਸ ਦੇ ਖਿਲਾਫ, ਲਾਈਫ ਐਂਡ ਲਿਬਰਟੀ ਦੇ ਖਿਲਾਫ ਜਿਹੜਾ ਇਹਨਾਂ ਨੇ ਪੁਲਿਸ ਕਰਮਚਾਰੀਆਂ ਨੇ ਉੱਥੇ ਐਕਸ਼ਨ ਲਿਆ, ਉਹਨਾਂ ਨੂੰ ਇਮੀਡੀਏਟ ਅਰੈਸਟ ਕੀਤਾ ਜਾਵੇ। ਜਿਹਨਾਂ ਨੂੰ ਸਸਪੈਂਡ ਕਰਨਾ ਬਣਦਾ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ। ਜਿਹਨਾਂ ਨੂੰ ਸਰਫੇਸ ਤੋਂ ਬਾਹਰ ਕੱਢਣਾ ਬਣਦਾ ਉਹਨਾਂ ਨੂੰ ਬਾਹਰ ਕੱਢਿਆ ਜਾਵੇ, ਕਿਉਂਕਿ ਇਹੋ ਜਿਹੇ ਬੰਦੇ ਸਾਡੀਆਂ ਯੂਨੀਫਾਰਮ, ਸਾਡੀਆਂ ਦਿੱਤੀਆਂ, ਅਸੀਂ ਯੂਨੀਫਾਰਮਸ ਦਿੰਦੇ ਹਾਂ ਆਪਣੀ ਹਿਫਾਜ਼ਤ ਵਾਸਤੇ, ਨਾ ਕਿ ਉਹੀ ਲੋਕ ਸਾਡੇ ਉੱਤੇ ਡਾਕੂ ਬਣ ਕੇ ਆਉਣ। ਇਹ ਬੜੀ ਅਜੀਬ ਗੱਲ ਹੈ ਔਰ ਦੁੱਖ ਹੈ ਮੈਨੂੰ ਇਸ ਗੱਲ ਦਾ ਕਿ 14 ਸਾਲ ਤੋਂ 18 ਸਾਲ ਦੇ ਬੱਚਿਆਂ ਕੋਲ ਜਿਹੜਾ ਮੈਂਟਲ ਔਰ ਫਿਜ਼ੀਕਲ ਟਰਾਮਾ ਦਿੱਤਾ ਹੈ। ਸੋ ਇੱਕ ਇਹ ਕਿ ਪੁਲਿਸ ਕਰਮਚਾਰੀਆਂ ਤੇ ਸਖਤ ਐਕਸ਼ਨ ਲਿਆ ਜਾਵੇ, ਜਿਹੜੀ ਪੁਲਿਸ ਥਾਣਾ ਉਹਨੂੰ ਬਾਹਰ ਵੀ ਕੱਢਿਆ ਜਾਵੇ ਔਰ ਕੰਪਨਸੇਸ਼ਨ, ਜਿਹੜੇ ਬੱਚਿਆਂ ਨੂੰ ਵੀ ਕੰਪਨਸੇਸ਼ਨ, ਅਨਕੰਡੀਸ਼ਨਲ ਐਪੋਲੋਜੀ ਉਹਨਾਂ ਹੀ ਲੋਕਾਂ ਵੱਲੋਂ ਦਿਲਵਾਈ ਜਾਵੇ ਕਿ ਹਾਊ ਸੌਰੀ ਦੇ ਆਰ ਫੋਰ ਹੈਵਿੰਗ ਡਨ ਵਾਟ ਦੇ ਡਿਡ। ਅਸੀਂ ਆ ਚਰਚਾ ਕਰ ਰਹੇ ਸੀ ਅਨਾਦ ਫਾਊਂਡੇਸ਼ਨ ਦੇ ਮੁੱਦੇ 'ਤੇ, ਜਿਸ ਨੂੰ ਕਿ ਪੰਜਾਬ ਸਰਕਾਰ ਵੱਲੋਂ ਜਿਸ 'ਤੇ ਕਾਰਵਾਈ ਕਰਕੇ ਪੰਜਾਬ ਪੁਲਿਸ ਦੇ ਰਾਹੀਂ ਉਹਨਾਂ ਦੇ ਸਮਾਨ ਨੂੰ ਬਾਹਰ ਸੁੱਟ ਦਿੱਤਾ ਗਿਆ, ਜੋ ਕਿ ਫਾਊਂਡੇਸ਼ਨ ਵੱਲੋਂ ਸੁਲਤਾਨਪੁਰ ਲੋਧੀ ਕਿਲ੍ਹੇ ਦੇ ਵਿੱਚ ਇਹ ਫਾਊਂਡੇਸ਼ਨ ਚਲਾਇਆ ਜਾ ਰਿਹਾ ਸੀ ਅਤੇ ਇਸ ਦੇ ਵਿੱਚ ਪੰਜਾਬੀ ਸੱਭਿਆਚਾਰ ਅਤੇ ਧਾਰਮਿਕ ਸਾਜ ਜੋ ਕਿ ਮੌਜੂਦ ਸਨ ਉਹਨਾਂ ਸਭ ਨੂੰ ਬਾਹਰ ਸੁੱਟ ਦਿੱਤਾ ਗਿਆ। ਦੱਸਿਆ ਵੀ ਜਾ ਰਿਹਾ ਕਿ ਇਹਦੇ ਵਿੱਚ ਇੱਕ ਹੱਥ ਲਿਖਤ ਸਰੂਪ ਤਿਆਰ ਕੀਤਾ ਜਾ ਰਿਹਾ ਸੀ, ਉਸ ਨੂੰ ਵੀ ਕਮਰੇ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ ਅਤੇ ਖੁੱਲ੍ਹੇ ਦੇ ਵਿੱਚ ਛੱਡ ਦਿੱਤਾ ਗਿਆ। ਅਤੇ ਇਸ 'ਤੇ ਸਾਡੇ ਨਾਲ ਚਰਚਾ ਕੀਤੀ ਅਨਾਦ ਫਾਊਂਡੇਸ਼ਨ ਦੇ ਚੇਅਰਮੈਨ ਭਾਈ ਬਲਦੀਪ ਸਿੰਘ ਜੀ। ਦੀਪ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਸਾਡੇ ਨਾਲ ਮੌਜੂਦ ਸਨ ਸਾਬਕਾ ਸਕੱਤਰ ਪੰਜਾਬ ਸਰਕਾਰ ਜਸਵੀਰ ਸਿੰਘ ਪੀਰ ਜੀ। ਅਸੀਂ ਉਹਨਾਂ ਦਾ ਨਿੱਘੇ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ। ਅਤੇ ਹੁਣ ਮੈਨੂੰ ਸੁਖਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਤੇ ਚਰਚਾ ਦਾ ਵਿਸ਼ਾ ਇੱਥੇ ਹੀ ਸਮਾਪਤ ਕਰਦੇ ਹਾਂ। ਇੱਕ ਰਿਐਕਸ਼ਨ ਦਿਓ ਤੁਸੀਂ, ਵੈਸੇ ਹੀ ਬੋਲਣਾ, ਤੁਸੀਂ ਰਿਐਕਸ਼ਨ ਦਿਓ।